ਨਮਸਤੇ ਆਦਾਬ ਸਤਿ ਸ੍ਰੀ ਅਕਾਲ, ਮੈਂ ਹਾਂ ਅਰਸ਼ਦੀਪ ਸਿੰਘ ਸਮਰ ਅਤੇ ਤੁਹਾਡਾ ਦ ਸਮਰ ਨਿਊਜ਼ ਦੇ ਖਾਸ ਪ੍ਰੋਗਰਾਮ ਜੈ ਹਿੰਦ ਵਿੱਚ ਸਵਾਗਤ ਹੈ। ਅੱਜ ਅਸੀਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ 'ਚ ਪਹੁੰਚੇ ਹਾਂ ਅਤੇ ਤੁਹਾਨੂੰ ਦੱਸਾਂਗੇ ਕਿ ਜਦੋਂ ਆਜ਼ਾਦੀ ਤੋਂ ਪਹਿਲੇ ਕਿਵੇਂ ਮਹਾਤਮਾ ਗਾਂਧੀ ਸ਼ਿਮਲਾ ਆਉਂਦੇ ਸੀ ਅਤੇ ਉਹ ਕਿੱਥੇ ਰੁਕਦੇ ਸੀ। ਤੁਹਾਨੂੰ ਦੱਸ ਦਈਏ ਕਿ ਮਹਾਤਮਾ ਗਾਂਧੀ ਜਦੋਂ ਸ਼ਿਮਲਾ ਆਉਂਦੇ ਸੀ ਅਤੇ ਉਹ ਮਨੋਹਰ ਵਿਲਾ 'ਚ ਆ ਕੇ ਰੁਕਦੇ ਸੀ। ਇਹ ਮਨੋਹਰ ਵਿਲਾ ਜਿਹੜਾ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਹੈ। ਮਹਾਤਮਾ ਗਾਂਧੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ 1935 'ਚ ਮਿਲੇ ਸੀ ਅਤੇ ਉਸ ਤੋਂ ਬਾਅਦ 1946 ਤੱਕ ਜਦੋਂ ਵੀ ਉਹ ਸ਼ਿਮਲਾ ਆਉਂਦੇ ਸੀ ਅਤੇ ਇਸੇ ਵਿਲਾ 'ਚ ਆ ਕੇ ਰੁਕਦੇ ਸੀ, ਜਿਹੜੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿਹੜੀ ਉਹ ਉੱਪਰ ਜਗ੍ਹਾ ਬਣੀ ਹੋਈ ਹੈ। ਇੱਥੋਂ ਮਹਾਤਮਾ ਗਾਂਧੀ ਖੜ੍ਹੇ ਹੋ ਕੇ ਲੋਕਾਂ ਨੂੰ ਸੰਬੋਧਿਤ ਕਰਦੇ ਸੀਗੇ। ਆਜ਼ਾਦੀ ਦੇ ਖਿਲਾਫ ਜਿਹੜੀ ਉਹ ਲੜਾਈ ਲੜਦੇ ਸੀ ਉਹ ਇੱਥੇ ਆ ਕੇ ਆਪਣਾ ਭਾਸ਼ਣ ਦਿੰਦੇ ਸੀ, ਲੋਕਾਂ ਨੂੰ ਸੰਬੋਧਿਤ ਕਰਦੇ ਸੀ ਅਤੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਅੰਦੋਲਨ ਚਲਾਉਂਦੇ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਜਿਹੜਾ ਮਨੋਹਰ ਵਿਲਾ ਉਹ ਅੰਦਰੋਂ ਕਿੱਦਾਂ ਦਾ ਬਣਿਆ ਹੋਇਆ ਅਤੇ ਮਹਾਤਮਾ ਗਾਂਧੀ ਕਿੱਥੇ ਰਹਿੰਦੇ ਸੀ ਅਤੇ ਕਿਹੜੇ ਬਰਤਨ 'ਚੋਂ ਚਾਹ ਅਤੇ ਖਾਣਾ ਖਾਂਦੇ ਸੀ, ਆਓ ਤੁਹਾਨੂੰ ਦਿਖਾਉਂਦੇ ਹਾਂ। ਮੁਹਿੰਮ ਛੱਡੀ ਹੋਈ ਸੀ ਉਹਨੂੰ ਲੈ ਕੇ ਉਹ ਲੋਕਾਂ ਨੂੰ ਸੰਬੋਧਿਤ ਕਰਦੇ ਸੀ, ਇੱਥੇ ਇਹ ਤਸਵੀਰ 'ਚ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਉਹਨਾਂ ਦੀ ਯਾਦਗਾਰ ਤਸਵੀਰਾਂ ਜਿਹੜੀਆਂ ਦਿਖਾ ਸਕਦੇ ਹਾਂ ਕਿ ਮਹਾਤਮਾ ਗਾਂਧੀ ਦੀਆਂ ਇੱਥੇ ਕਈ ਤਸਵੀਰਾਂ ਨੇ ਜਿਹੜੀਆਂ ਯਾਦਗਾਰ ਨੇ, ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਦੇਖੋ ਜਿਹੜੀ ਮਹਾਤਮਾ ਗਾਂਧੀ ਜੀ ਦੀ ਤਸਵੀਰ ਹੈ ਜਿਹੜੀ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਨਾਲ ਹੈ, ਇਸ ਤਸਵੀਰ 'ਚ ਉਹ ਪਦ ਯਾਤਰਾ ਕਰਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ ਹੋਰ ਵੀ ਹੈ ਜਿਹੜੀ ਤੁਹਾਨੂੰ ਇੱਥੇ ਦਿਖਾ ਸਕਦੇ ਹਾਂ, ਇਹ ਮਹਾਤਮਾ ਗਾਂਧੀ ਦੀ ਤਸਵੀਰ ਹੈ ਰਾਜਕੁਮਾਰੀ ਅੰਮ੍ਰਿਤ ਕੌਰ ਨਾਲ, ਜਦੋਂ ਉਹ ਕਿਸੇ ਪ੍ਰੋਗਰਾਮ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ। ਆਹ ਤੁਹਾਨੂੰ ਦਿਖਾਉਂਦੇ ਜਿਹੜਾ ਮਹਾਤਮਾ ਗਾਂਧੀ ਦਾ ਜਿਹੜਾ ਕਮਰਾ ਹੈ, ਇੱਥੇ ਜਿਹੜੇ ਇਹ ਕਮਰਾ ਉਹ ਹੈ ਜਿੱਥੇ ਮਹਾਤਮਾ ਗਾਂਧੀ ਰੁਕਦੇ ਹੁੰਦੇ ਸੀ। ਕੇਂਦਰ ਸਰਕਾਰ ਵੱਲੋਂ ਇਹ ਸਾਰੀ ਰੈਨੋਵੇਟ ਕਰਾਈ ਗਈ ਹੈ, ਲੇਕਿਨ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਯਾਦਗਾਰ ਜਿਹੜੀਆਂ ਕੱਪ ਨੇ ਉਹਨਾਂ ਦੇ ਬਰਤਨ ਨੇ ਉਹ ਇੱਥੇ ਹੀ ਰੱਖੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਬਰਤਨ ਨੇ ਇਹਨਾਂ ਦੇ ਵਿੱਚ ਹੀ ਮਹਾਤਮਾ ਗਾਂਧੀ ਜਦੋਂ ਇੱਥੇ ਆਉਂਦੇ ਸੀ ਅਤੇ ਇਹਨਾਂ ਬਰਤਨਾਂ 'ਚ ਹੀ ਉਹ ਚਾਹ ਪੀਂਦੇ ਸੀਗੇ ਅਤੇ ਖਾਣਾ ਵੀ ਇਹਨਾਂ ਹੀ ਬਰਤਨਾਂ 'ਚ ਖਾਂਦੇ ਸੀ। ਅੱਜ ਵੀ ਇਹ ਬਰਤਨ ਸੰਭਾਲ ਕੇ ਰੱਖੇ ਗਏ ਹਨ। ਇੱਥੇ ਉਹੀ ਜਿਹੜਾ ਫਰਨੀਚਰ ਹੈ ਹਲੇ ਵੀ ਉੱਥੇ ਇੱਥੇ ਉਹੀ ਪਿਆ। ਇਹ ਜਿਹੜਾ ਫਰਨੀਚਰ ਹੈ ਇੱਥੇ ਮਹਾਤਮਾ ਗਾਂਧੀ ਜੀ ਬੈਠ ਕੇ ਲੋਕਾਂ ਨਾਲ ਗੱਲਬਾਤ ਕਰਦੇ ਸਨ, ਮੁਹਿੰਮ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਸਨ ਅਤੇ ਇਹ ਕਮਰਾ ਜਿਹੜਾ ਹੈ ਇਹ ਇੱਥੇ ਮਹਾਤਮਾ ਗਾਂਧੀ ਰੁਕਦੇ ਸਨ। ਇਸੇ ਤਰ੍ਹਾਂ ਤੁਹਾਨੂੰ ਇੱਕ ਹੋਰ ਜਿਹੜੇ ਇਹਨਾਂ ਦੇ ਕੁਰਸੀਆਂ ਉਹ ਵੀ ਹਲੇ ਇੱਥੇ ਸੰਭਾਲ ਕੇ ਰੱਖੀਆਂ ਹਨ। ਇਸ ਜਗ੍ਹਾ 'ਤੇ ਵੀ ਆ ਕੇ ਉਹ ਮੀਟਿੰਗ ਕਰਦੇ ਸਨ, ਬੈਠਦੇ ਸਨ ਅਤੇ ਆਜ਼ਾਦੀ ਨੂੰ ਲੈ ਕੇ ਉੱਥੇ ਸਾਰੀ ਬੈਠਕਾਂ ਹੁੰਦੀਆਂ ਸਨ। ਤੁਹਾਨੂੰ ਦੱਸ ਦਈਏ ਕਿ ਜਿਹੜੇ ਮਹਾਤਮਾ ਗਾਂਧੀ ਨੇ ਉਹ 1921 ਤੋਂ ਲੈ ਕੇ 1946 ਤੱਕ 10 ਵਾਰ ਸ਼ਿਮਲਾ ਆਏ ਸੀ ਅਤੇ ਸ਼ਿਮਲਾ ਆ ਕੇ ਇੱਥੇ ਆ ਕੇ ਆਜ਼ਾਦੀ ਨੂੰ ਲੈ ਕੇ ਮੁਹਿੰਮ ਚਲਾਉਂਦੇ ਸਨ, ਲੇਕਿਨ ਆਜ਼ਾਦੀ ਤੋਂ ਬਾਅਦ ਉਹ ਕਦੇ ਵੀ ਸ਼ਿਮਲਾ ਨਹੀਂ ਆਏ। ਇਸੇ ਤਰ੍ਹਾਂ ਯਾਦਗਾਰ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਦਾ ਸਮਰ ਨਿਊਜ਼ 'ਤੇ ਦੇਖਦੇ ਰਹੋ।